ਸ਼ਹਿਰੀ ਖੇਤਰਾਂ ਵਿੱਚ ਇਮਾਰਤੀ ਉਸਾਰੀ ਵਿੱਚ ਬੇਨਾਮੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਨਗਰ ਨਿਗਮ ਜਲੰਧਰ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹਨਾਂ ਵਿੱਚ ਸੀਨੀਅਰ ਟਾਊਨ ਪਲਾਨਰ, 2 ਮਿਊਂਸੀਪਲ ਟਾਊਨ ਪਲਾਨਰ ਵੀ ਸ਼ਾਮਿਲ ਹਨ। ਸਰਦਾਰ ਸਿੱਧੂ ਵੱਲੋਂ ਅੱਜ ਵਿਧਾਇਕ ਪ੍ਰਗਟ ਸਿੰਘ ਸਮੇਤ ਸ਼ਹਿਰ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਅਣ ਅਧਿਕਾਰਿਤ ਤਰੀਕੇ ਨਾਲ ਉਸਾਰੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਭਾਰੀ ਬੇਨਾਮੀ ਇਮਾਰਤ 'ਤੇ ਸਿੱਧੂ ਵੱਲੋਂ 8 ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ 10 ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਢਾਉਣ ਵਾਲੀ ਥਾਂ ਉਹ ਹੈ ਸਾਹਮਣੇ, ਕੋਈ ਪਰਮਿਸ਼ਨ ਨਹੀਂ, ਕੋਈ ਸੀ ਐਲ ਯੂ ਨਹੀਂ। ਜਲੰਧਰ ਤੋਂ ਸਤਪਾਲ ਵਰਮਾ ਦੀ ਰਿਪੋਰਟ।